ਕੋਰੋਨਾ ਵਾਇਰਸ ਮਹਾਮਾਰੀ ਨਾਲ ਲੜ ਰਹੇ ਮਹਾਰਾਸ਼ਟਰ ਤੇ ਗੁਜਰਾਤ ਵਿੱਚ ਚੱਕਰਵਾਤੀ ਤੂਫਾਨ ਨੇ ਨਵੀਂ ਤਕਲੀਫ ਪੈਦਾ ਕਰ ਦਿੱਤੀ ਹੈ। ਬੁੱਧਵਾਰ ਦੁਪਹਿਰ 1 ਵਜੇ ਨਿਸਰਗ ਨਾਮ ਦਾ ਇਹ ਤੂਫਾਨ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਅਲੀਬਾਗ ਸ਼ਹਿਰ ਪਹੁੰਚਿਆ, ਜੋ ਮੁੰਬਈ ਤੋਂ ਕਰੀਬ 100 ਕਿਲੋਮੀਟਰ ਹੈ। ਹਵਾਵਾਂ ਦੀ ਗਤੀ 90 ਤੋਂ 110 ਕਿਲੋਮੀਟਰ ਪ੍ਰਤੀ ਘੰਟਾ ਤੱਕ ਸੀ। ਸ਼ਾਮ ਨੂੰ 4 ਵਜੇ ਤੋਂ ਬਾਅਦ ਮੁੰਬਈ ਵਿੱਚ ਵੀ ਇਸਦਾ ਅਸਰ ਨਜ਼ਰ ਆਇਆ। ਤੇਜ਼ ਹਵਾਵਾਂ ਨੇ ਕਈ ਦਰਖਤ ਡਿੱਗੇ, ਕਈ ਜਗ੍ਹਾ ਨੁਕਸਾਨ ਹੋਇਆ। ਪਨਵੇਲ ਅਤੇ ਰਤਨਾਗਿਰੀ ਇਲਾਕਿਆਂ ਵਿੱਚ ਵੀ ਤੇਜ਼ ਹਵਾਵਾਂ ਚੱਲੀਆਂ ਅਤੇ ਮੀਂਹ ਪਿਆ। ਝੁੱਗੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਖਾਸ ਤੌਰ 'ਤੇ ਇਸਦਾ ਪ੍ਰਕੋਪ ਝੱਲਣਾ ਪਿਆ। ਸਰਕਾਰ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਨੂੰ ਕਿਹਾ ਅਤੇ NDRF ਪਹਿਲਾਂ ਹੀ ਹਰਕਤ ਵਿੱਚ ਆ ਗਈ ਸੀ। ਗੁਜਰਾਤ ਵਿੱਚ ਵੀ ਅਸਰ ਸੀ, ਇਸ ਕਰਕੇ ਬੁੱਧਵਾਰ ਸਵੇਰੇ ਹੀ ਕੁਝ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਗਿਆ। ਇਸਦਾ ਅਸਰ ਵਾਇਰਲ ਹੋ ਰਹੇ ਵੀਡੀਓਜ਼ ਅਤੇ ਫੋਟੋਜ਼ ਵਿੱਚ ਨਜ਼ਰ ਆ ਰਿਹਾ ਹੈ।